ਇਹ ਕੋਈ ਫਿਲਮ ਦਾ ਸੀਨ ਨਹੀਂ ਜਾਂ ਫਿਰ ਕੋਈ ਗਾਣਾ ਸ਼ੂਟ ਨਹੀਂ ਹੋ ਰਿਹਾ। ਇਹ ਦਰਅਸਲ ਇੱਕ ਬਦਮਾਸ਼ ਜੋ ਕਿ ਗਲੀ ਮਹੱਲੇ ਦੇ ਵਿੱਚੋਂ ਲੰਘ ਰਹੀ ਗੱਡੀ ਨੂੰ ਦੇਖੋ ਕਿਵੇਂ ਬੋਨਟ ਦੇ ਉੱਤੇ ਲੱਤ ਰੱਖ ਕੇ ਰੋਕ ਦਿੰਦਾ ਏ। ਅਜਿਹਾ ਕਰਦੇ ਹੋਏ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਕਿ ਬਦਮਾਸ਼ ਵਿਲਨ ਇਸ ਤਰੀਕੇ ਨਾਲ ਰਾਹ 'ਚ ਗੱਡੀਆਂ ਰੋਕ ਕੇ ਹਮਲਾ ਕਰਦੇ ਨੇ। ਅਕਸਰ ਤੁਸੀਂ ਪੰਜਾਬੀ ਫਿਲਮਾਂ 'ਚ ਐਸਾ ਸੀਨ ਦੇਖਿਆ ਹੋਣਾ, ਪਰ ਇਹ ਤਸਵੀਰਾਂ ਕੋਈ ਫਿਲਮੀ ਸੀਨ ਦੀਆਂ ਨਹੀਂ, ਇਹ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕੁਝ ਨੌਜਵਾਨ ਬਦਮਾਸ਼ਾਂ ਦੇ ਵੱਲੋਂ ਇੱਕ ਮਰੂਤੀ ਕਾਰ ਸਵਾਰ ਨੂੰ ਪਹਿਲਾਂ ਲੱਤ ਰੱਖ ਕੇ ਬੋਨਟ 'ਤੇ ਰੋਕਿਆ ਗਿਆ, ਫਿਰ ਉਸ 'ਤੇ ਜਾਨਲੇਵਾ ਹਮਲਾ ਕੀਤਾ ਏ। ਕਿਰਪਾਨਾਂ ਨਾਲ, ਖੰਡਿਆਂ ਨਾਲ ਅਤੇ ਥੱਪੜ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਦੇਖ ਸਕਦੇ ਹੋ ਕਿੰਨੇ ਨੌਜਵਾਨ ਬਦਮਾਸ਼ ਰਲ ਕੇ ਇੱਕੋ ਸ਼ਖਸ ਨੂੰ ਕੁੱਟੀ ਜਾ ਰਹੇ ਨੇ। ਗੱਡੀ ਦੇ ਵਿੱਚ ਦੋ ਸ਼ਖਸ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕੁੱਟਮਾਰ ਕੀਤੀ ਗਈ ਅਤੇ ਦੂਜਾ ਭੱਜ ਗਿਆ ਆਪਣੀ ਜਾਨ ਬਚਾ ਕੇ। ਤਾਂ ਤਸਵੀਰਾਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੀਆਂ, ਜਿੱਥੇ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਸ਼ਰੇਆਮ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਮਹਿਲਾਵਾਂ ਦੋ ਗੱਡੀ ਦੇ ਵਿੱਚੋਂ ਉਤਰਦੀਆਂ ਨੇ, ਸ਼ੋਪਿੰਗ ਕਰਨ ਦੇ ਲਈ ਅੱਗੇ ਚਲੀ ਜਾਂਦੀਆਂ ਨੇ, ਅਤੇ ਚਿੱਟੇ ਰੰਗ ਦੀ ਸਵਿਫਟ ਦੇ ਨਾਲ ਇੱਕ ਮਰੂਤੀ ਆਉਂਦੀ ਹੈ। ਮਰੂਤੀ 'ਤੇ ਲੱਤ ਰੱਖ ਕੇ ਦੇਖੋ ਇਹ ਨੌਜਵਾਨ ਕਿਵੇਂ ਮਰੂਤੀ ਰੋਕਦਾ ਹੈ, ਫਿਰ ਉਸ ਮਰੂਤੀ ਸਵਾਰ ਦੀ ਕੁੱਟਮਾਰ ਕਰਦੇ ਨੇ ਕੁਝ ਬਦਮਾਸ਼। ਤਾਂ ਦੱਸ ਦਈਏ ਕਿ ਕਾਂਗਰਸ ਦੇ ਪੂਰਵ ਵਿਧਾਇਕ ਯਾਨੀ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵੱਲੋਂ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ ਅਤੇ ਇਸ ਨੂੰ ਵਾਇਰਲ ਕੀਤਾ ਗਿਆ ਹੈ, ਅਤੇ ਸਰਕਾਰ ਅਤੇ ਪੰਜਾਬ ਪੁਲਿਸ ਦੇ ਵਿਰੁੱਧ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਡਰ ਇਹਨਾਂ ਬਦਮਾਸ਼ਾਂ ਦੇ ਵਿੱਚ ਨਹੀਂ ਰਿਹਾ, ਕਿਉਂਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਹੈ ਉਹ ਸਭ ਬਿਆਨ ਕਰ ਰਿਹਾ ਹੈ ਕਿ ਬੇਖੌਫ ਹੋ ਕੇ ਇਹਨਾਂ ਨੇ ਇੱਕ ਨੌਜਵਾਨ ਦੀ ਦਿਨ ਦਿਹਾੜੇ ਸ਼ਰੇ ਬਾਜ਼ਾਰ ਕੁੱਟਮਾਰ ਕੀਤੀ ਹੈ, ਕਿਰਪਾਨਾਂ ਨਾਲ ਕੁੱਟਿਆ ਏ, ਥੱਪੜ ਮੁੱਕਿਆਂ ਦੀ ਬਰਸਾਤ ਕੀਤੀ ਹੈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀਆਂ ਇਹ ਤਸਵੀਰਾਂ, ਜਿੱਥੇ ਫਿਲਮੀ ਸਟਾਈਲ ਦੇ ਵਿੱਚ ਗੱਡੀ ਰੋਕ ਕੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਹ ਕੋਈ ਫਿਲਮ ਦਾ ਸੀਨ ਨਹੀਂ ਜਾਂ ਫਿਰ ਕੋਈ ਗਾਣਾ ਸ਼ੂਟ ਨਹੀਂ ਹੋ ਰਿਹਾ। ਇਹ ਦਰਅਸਲ ਇੱਕ ਬਦਮਾਸ਼ ਜੋ ਕਿ ਗਲੀ ਮਹੱਲੇ ਦੇ ਵਿੱਚੋਂ ਲੰਘ ਰਹੀ ਗੱਡੀ ਨੂੰ ਦੇਖੋ ਕਿਵੇਂ ਬੋਨਟ ਦੇ ਉੱਤੇ ਲੱਤ ਰੱਖ ਕੇ ਰੋਕ ਦਿੰਦਾ ਏ। ਅਜਿਹਾ ਕਰਦੇ ਹੋਏ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਕਿ ਬਦਮਾਸ਼ ਵਿਲਨ ਇਸ ਤਰੀਕੇ ਨਾਲ ਰਾਹ 'ਚ ਗੱਡੀਆਂ ਰੋਕ ਕੇ ਹਮਲਾ ਕਰਦੇ ਨੇ। ਅਕਸਰ ਤੁਸੀਂ ਪੰਜਾਬੀ ਫਿਲਮਾਂ 'ਚ ਐਸਾ ਸੀਨ ਦੇਖਿਆ ਹੋਣਾ, ਪਰ ਇਹ ਤਸਵੀਰਾਂ ਕੋਈ ਫਿਲਮੀ ਸੀਨ ਦੀਆਂ ਨਹੀਂ, ਇਹ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕੁਝ ਨੌਜਵਾਨ ਬਦਮਾਸ਼ਾਂ ਦੇ ਵੱਲੋਂ ਇੱਕ ਮਰੂਤੀ ਕਾਰ ਸਵਾਰ ਨੂੰ ਪਹਿਲਾਂ ਲੱਤ ਰੱਖ ਕੇ ਬੋਨਟ 'ਤੇ ਰੋਕਿਆ ਗਿਆ, ਫਿਰ ਉਸ 'ਤੇ ਜਾਨਲੇਵਾ ਹਮਲਾ ਕੀਤਾ ਏ। ਕਿਰਪਾਨਾਂ ਨਾਲ, ਖੰਡਿਆਂ ਨਾਲ ਅਤੇ ਥੱਪੜ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਦੇਖ ਸਕਦੇ ਹੋ ਕਿੰਨੇ ਨੌਜਵਾਨ ਬਦਮਾਸ਼ ਰਲ ਕੇ ਇੱਕੋ ਸ਼ਖਸ ਨੂੰ ਕੁੱਟੀ ਜਾ ਰਹੇ ਨੇ। ਗੱਡੀ ਦੇ ਵਿੱਚ ਦੋ ਸ਼ਖਸ ਸਵਾਰ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਕੁੱਟਮਾਰ ਕੀਤੀ ਗਈ ਅਤੇ ਦੂਜਾ ਭੱਜ ਗਿਆ ਆਪਣੀ ਜਾਨ ਬਚਾ ਕੇ। ਤਾਂ ਤਸਵੀਰਾਂ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੀਆਂ, ਜਿੱਥੇ ਹਥਿਆਰਬੰਦ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਸ਼ਰੇਆਮ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਮਹਿਲਾਵਾਂ ਦੋ ਗੱਡੀ ਦੇ ਵਿੱਚੋਂ ਉਤਰਦੀਆਂ ਨੇ, ਸ਼ੋਪਿੰਗ ਕਰਨ ਦੇ ਲਈ ਅੱਗੇ ਚਲੀ ਜਾਂਦੀਆਂ ਨੇ, ਅਤੇ ਚਿੱਟੇ ਰੰਗ ਦੀ ਸਵਿਫਟ ਦੇ ਨਾਲ ਇੱਕ ਮਰੂਤੀ ਆਉਂਦੀ ਹੈ। ਮਰੂਤੀ 'ਤੇ ਲੱਤ ਰੱਖ ਕੇ ਦੇਖੋ ਇਹ ਨੌਜਵਾਨ ਕਿਵੇਂ ਮਰੂਤੀ ਰੋਕਦਾ ਹੈ, ਫਿਰ ਉਸ ਮਰੂਤੀ ਸਵਾਰ ਦੀ ਕੁੱਟਮਾਰ ਕਰਦੇ ਨੇ ਕੁਝ ਬਦਮਾਸ਼। ਤਾਂ ਦੱਸ ਦਈਏ ਕਿ
ਕਾਂਗਰਸ ਦੇ ਪੂਰਵ ਵਿਧਾਇਕ ਯਾਨੀ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ ਅਤੇ ਇਸ ਨੂੰ ਵਾਇਰਲ ਕੀਤਾ ਗਿਆ ਹੈ ਅਤੇ ਸਰਕਾਰ ਅਤੇ ਪੰਜਾਬ ਪੁਲਿਸ ਦੇ ਵਿਰੁੱਧ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਡਰ ਇਹਨਾਂ ਬਦਮਾਸ਼ਾਂ ਦੇ ਵਿੱਚ ਨਹੀਂ ਰਿਹਾ, ਕਿਉਂਕਿ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਹਮਲਾ ਕੀਤਾ ਹੈ ਉਹ ਸਭ ਬਿਆਨ ਕਰ ਰਿਹਾ ਹੈ ਕਿ ਬੇਖੌਫ ਹੋ ਕੇ ਇਹਨਾਂ ਨੇ ਇੱਕ ਨੌਜਵਾਨ ਦੀ ਦਿਨ ਦਿਹਾੜੇ ਸ਼ਰੇ ਬਾਜ਼ਾਰ ਕੁੱਟਮਾਰ ਕੀਤੀ ਹੈ, ਕਿਰਪਾਨਾਂ ਨਾਲ ਕੁੱਟਿਆ ਹੈ, ਥੱਪੜ ਮੁੱਕਿਆਂ ਦੀ ਬਰਸਾਤ ਕੀਤੀ ਹੈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀਆਂ ਇਹ ਤਸਵੀਰਾਂ ਜਿੱਥੇ ਫਿਲਮੀ ਸਟਾਈਲ ਦੇ ਵਿੱਚ ਗੱਡੀ ਰੋਕ ਕੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।